परम सत्कार्यो इंसाफ मंगण वास्ते उरे बैठी साध संगत जी निमृत सहित फतेह अर्ज करते हैं। वाहिगुरु जी का खालसा, वाहिगुरु जी की फतेह। जिहड़ियां गुरु साहब दीआं कुरबानियां उह बेअंत हन, उहनां दीआं कुरबानियां तहत इह कौम खड़ी है। पंचम पिता अज जिहड़े गुरु ग्रंथ साहब नूं असीं उरे अफसोस च याद करते हैं, पंचम पिता की शहादत सब तो पहल ते हुई सी। तत्ते तवियां ते बैठ के वो अपने सोच तो नहीं डुले, सगों कुरबान हुंदिया सानू छेवें पिता जिन्हां दे झंडे चढ़ाउण नूं 15 तरीक नूं आप जी नाल विचार होए हैं, जिहदे नाल सहमत है, बिल्कुल अपने खालसा पंथ दे झंडे चढ़ने चाहीदे हैं ते हरेक घर ते लगने चाहीदे हैं। ਇਹ ਸਾਡਾ ਅਸਲ ਇੱਕ ਨਿਸ਼ਾਨ ਹੈ, ਉਸ ਨੂੰ ਆਪਾਂ ਨੂੰ ਮੰਨਣਾ ਚਾਹੀਦਾ। ਤੇ ਜੇ ਨੌਵੇਂ ਪਾਤਸ਼ਾਹ ਨੇ ਸੀਸ ਗਵਾਇਆ ਹੈ ਤਾਂ ਉਹਨਾਂ ਨੇ ਇਸ ਜਹਾਂ ਦੇ ਵਿੱਚ ਹੱਕ ਹਕੂਕ ਤੇ ਪਹਿਰਾ ਦੇਣ ਵਾਸਤੇ ਆਪਣੇ ਮਨੁੱਖੀਏ ਦੀ ਘਰਾਂ ਵਾਸਤੇ ਦਿੱਤਾ ਹੈਗਾ। ਔਰ ਜਿੱਥੇ ਦਸਮ ਪਿਤਾ ਦੀ ਗੱਲ ਹੈ, ਸਰਬੰਸ ਦਾਨ ਕਰਤਾ, ਉਹ ਤੁਹਾਡੀ ਮੇਰੀ ਪੱਗ ਮਗਰ ਉਹਨਾਂ ਨੇ ना डुले चढ़दी कला च रहे और सानू जूझ दे रहन वास्ते हुक्म कीता, जिस बदौलत सानू बाबा बंदा सिंह बहादुर दा राज फतेहगढ़ साहब दी धरती ते मिलिया। साध संगत जी, जे गुरु साहब इन्हां ने पारते गंदियां नालियां च सुटते साड़ते, इहदे मगर समूह कौम नू खड़न दा इक बहुत वड्डा हक है, उहनां दा फर्ज है, ਉਹ ਫਰਜ਼ ਨਿਭਾਉਣਾ ਪੈਣਾ ਹੈ, ਕਿਉਂਕਿ ਗੁਰੂ ਸਾਹਿਬਾਨਾਂ ਨੇ ਸਰਬੰਸ ਦਾਨ ਕੇ ਆਪਾਂ ਨੂੰ ਪਾਲਿਆ ਹੈਗਾ। ਇਹ ਮੋਰਚਾ ਵਧਣਾ ਚਾਹੀਦਾ ਹੈ ਤੇ ਵਧਾਉਣਾ ਚਾਹੀਦਾ ਹੈ। ਸਾਧ ਸੰਗਤ ਜੀ, ਇਹ ਸੋਚਹੀਨ ਸਿੰਘ ਸਭਾ ਲਹਿਰ ਨੇ ਨਨਕਾਣਾ ਸਾਹਿਬ ਵਿਖੇ ਵਾਹਿਗੁਰੂ ਦਾ ਜਾਪ ਕਰਦੇ 200 ਤੋਂ ਉੱਤੇ ਸਾਡੇ ਸ਼ਹੀਦ ਕੀਤੇ ਗਏ ਜਿਹੜੇ ਮਹੰਤਾਂ ਤੋਂ ਗੁਰੂ ਘਰ ਛਡਾਉਣ ਵਾਸਤੇ ਉਹਨਾਂ ਨੇ ਆਪਣੇ ਮੋਰਚੇ ਲਾਏ। ਸਿੰਘ ਸਭਾ ਲਹਿਰ ਤੋਂ ਸਾਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਮਿਲੀ, ਔਰ ਦੇਖੋ ਜਿੱਥੇ ਆਪਾਂ ਗੱਲ ਕਰਦੇ ਹਾਂ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਆਪਾਂ ਨੂੰ ਇਹਦੇ ਮਗਰ ਖੜਨਾ ਚਾਹੀਦਾ ਹੈ। ਸਾਡੀ ਸਿੰਘ ਸਭਾ ਲਹਿਰ ਨੇ ਸਾਨੂੰ ਜਮਹੂਰੀਅਤ ਪਸੰਦ ਤਰੀਕੇ ਦੇ ਨਾਲ ਇੱਕ ਰਾਹ ਦਿੱਤਾ ਸੀਗਾ, ਜਿੱਥੇ ਮਤਦਾਨ ਗੁਰੂ ਸਾਹਿਬ ਦੀ ਦੇਖ ਰੇਖ ਵਾਸਤੇ ਜਥੇਦਾਰ ਬਣਾਉਣ ਵਾਸਤੇ ਸਾਨੂੰ ਇੱਕ ਰਾਹ ਤੇ ਤੋਰਿਆ ਸੀ, ਵੋਟਾਂ ਰਾਹੀਂ, ਮਤਦਾਨ ਰਾਹੀਂ। ਅੱਜ ਇਸ ਦੇਸ਼ ਨੇ ਉਹ ਰਾਹ ਬਿਲਕੁਲ ਭੰਗ ਕਰਤਾ ਹੈਗਾ। 1947 ਤੋਂ ਬਾਅਦ ਜਿੱਥੇ ਅੱਜ ਸਰ ਸਿਮਰਨਜੀਤ ਸਿੰਘ ਮਾਨ 17ਵੀਂ ਲੋਕ ਸਭਾ ਦੇ ਵਿੱਚ ਗਏ ਹੈ, ਉਸ ਸਮੇਂ 'ਚ ਜਿਹੜੀ ਕਮੇਟੀ 1925 ਤੇ ਸਥਾਪਿਤ ਹੋਈ ਸੀ, ਜਿਹੜੀ ਏਸ਼ੀਆ ਦੀ ਸਭ ਤੋਂ ਪਹਿਲਾਂ ਜਮਹੂਰੀਅਤ ਪਸੰਦ ਕਮੇਟੀ ਸੀ, ਜਿਸ ਨੇ ਬੀਬੀਆਂ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਸੀ, ਉਹ ਅੱਜ ਆਜ਼ਾਦੀ ਤੋਂ ਬਾਅਦ ਇਸ ਦੇਸ਼ ਦੀ ਸਿਰਫ 8 ਵਾਰੀ ਉਹਦੇ ਚੋਣ ਹੋਏ ਹੈ। ਇਹਨਾਂ ਦਾ ਆਪ ਦਾ ਕਾਨੂੰਨ ਇੱਕ ਕੇਸਵ ਨੰਦ ਭਾਰਤੀ ਕੇਸ ਦੇ ਵਿੱਚ ਇਸ ਸੁਪਰੀਮ ਕੋਰਟ ਦਾ ਜੱਜ ਬਿਆਨ ਕਰਦਾ ਹੈ, ਕਹਿੰਦਾ ਹੈ ਕਿ ਡੈਮੋਕਰੇਸੀ ਇਜ਼ ਦਾ ਬੇਸਿਕ ਸਟਰਕਚਰ ਆਫ ਇੰਡੀਆ ਔਰ ਇਲੈਕਸ਼ਨਸ ਆਰ ਦਾ ਬੇਸਿਕ ਸਟਰਕਚਰ ਆਫ ਡੈਮੋਕਰੇਸੀ, ਕਹਿਣ ਦਾ ਭਾਵ ਕਿ ਇਸ ਦੇਸ਼ ਦੀਆਂ ਨੀਹਾਂ ਜਮਹੂਰੀਅਤ ਹੈ, ਜਮਹੂਰੀਅਤ ਦੀਆਂ ਨੀਹਾਂ ਇਲੈਕਸ਼ਨ ਹੈ। ਜਿਹੜੀ ਸੋਚ ਸਿੰਘ ਸਭਾ ਨੇ ਸਾਨੂੰ ਉਸ ਸਮੇਂ 1920-25 ਤੇ ਦਿੱਤੀ ਸੀ, ਉਹ ਇਹਨਾਂ ਨੇ ਵੀ ਕਬੂਲ ਹੈ ਕਿ ਚੋਣ ਨੀਹਾਂ ਦੀਆਂ ਨੀਹਾਂ ਤੇ ਸਾਡੀਆਂ ਨੀਹਾਂ ਦੀਆਂ ਨੀਹਾਂ ਖਤਮ ਕਰ ਰਹੇ ਹੈ। ਅੱਜ ਅਸੀਂ ਵੱਖ ਵੱਖ ਹੋਰੇ ਬੈਠੇ ਹਾਂ, ਇੱਥੇ ਤਖ਼ਤ ਦੇ ਜਥੇਦਾਰ ਕਿਉਂ ਨਹੀਂ ਆਏ, ਇੱਥੇ ਐਸਟੀਪੀਸੀ ਦਾ ਪ੍ਰਧਾਨ ਕਿਉਂ ਨਹੀਂ ਆਇਆ, ਇੱਥੇ ਇੱਕ ਮਤ ਸਾਡੀ ਆਵਾਜ਼ ਕਿਉਂ ਨਹੀਂ ਸੁਣ ਰਹੀ, ਸਾਨੂੰ ਖਿੰਡ ਖੰਡਾ ਕੇ ਇੱਥੇ ਇਕੱਠੇ ਨਹੀਂ ਹੋਣ ਦੇ ਰਹੇ, ਸਾਨੂੰ ਵੱਖ ਕਰ ਰਹੇ ਹੈ, ਸਾਨੂੰ ਖੁਰਦ ਬੁਰਦ ਕਰ ਰਹੇ ਹੈ। ਸਾਧ ਸੰਗਤ ਜੀ, ਜਿੱਥੇ ਇੱਥੇ ਮੋਰਚੇ ਲੱਗਣੇ ਚਾਹੀਦੇ ਹੈ, ਮੇਰੀ ਬੇਨਤੀ ਹੈ ਕਿ ਅਸੀਂ ਆਪਣੇ ਚੋਣ ਬਹਾਲ ਵੀ ਕਰਨ ਵਾਸਤੇ ਇਕੱਠੇ ਹੋਈਏ। 15 ਸਪਤੰਬਰ ਜਿਹੜਾ ਯੂਨਾਈਟਿਡ ਨੇਸ਼ਨ ਨੇ ਇੰਟਰਨੈਸ਼ਨਲ ਡੇ ਆਫ ਡੈਮੋਕਰੇਸੀ ਰੱਖਿਆ, 18 ਸਪਤੰਬਰ ਨੂੰ 2011 'ਚ ਚੋਣਾਂ ਹੋਈਆਂ ਸੀ, 11-12 ਸਾਲ ਹੋ ਜਾਣੇ ਹੈ ਸਪਤੰਬਰ ਦੇ ਵਿੱਚ। ਮੈਂ ਬੇਨਤੀ ਕਰਦਾ ਇੱਕ ਮੁੱਠ ਆਵਾਜ਼ ਹੋਣ ਵਾਸਤੇ,
कौम की एक गल होने वास्ते आपां नूं मुड़ अपनी एसजीपीसी दे चोण बहाल करके ओ हाउस नूं जागरूक करना चाहिए जिथे का अकाल तख्त साहब का जथेदार साडा बंदी सिंह साडा हीरो जथेदार हवारा एक बारी उथों जाके अकाल तख्त तो आवाज बुलंद करे कि सानू इंसाफ चाहिए है। ते देखो सरकार किवें भज्जियां फिरनगियां। सो बहुत वधिया सुझाव आए हैं, बहुत सोचा चंगिया हुई हैं, पर मैं कहना एक बारी गुरु दे पिछे आपां गुरु दे घर मगर उत्थे एक ऐडा वड्डा कट कर दिए 15 सितंबर नूं इह देश नूं पता लग जाए कि सिख एक अमन पसंद जमहूरियत पसंद तरीके दे नाल अपने आप नूं बिल्कुल कानून दे विच रख के एक इहो जी आवाज बुलंद कर सकते हैं जिहड़ी साडे हक्कां ते पहरा दे इंसाफ लैके दे गुरु साहब नूं इंसाफ लैके दे। ए इंटरनेशनल डे ऑफ डेमोक्रेसी ते जमहूरियत बहाल रैली ते आपां सारे इकट्ठे होके ए देश जिहड़ी साडी जमहूरियत फुरद-फुरद करदा है इहनूं इक चेतावनी दे दईए सिख जाग उठे असीं अपने हक्कां ते पहरा देवांगे और गुरु साहब दा इंसाफ मंगांगे अपने वीरां दा शहीदां दा इंसाफ मंगांगे। वाहिगुरु जी का खालसा वाहिगुरु जी की फतेह।